ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਦੋਸਤੋ ਪੰਜਾਬ ਤੋਂ ਆ ਰਹੀ ਹੈ ਜ਼ਿਲ੍ਹਾ ਬਠਿੰਡਾ ਤੋਂ ਜਿੱਥੇ ਮਾਲ ਗੱਡੀ ਤੇ ਚੜ ਕੇ ਫੋਟੋ ਸ਼ੂਟ ਕਰ ਰਿਹਾ ਸੀ ਨੌਜਵਾਨ ਫਿਰ ਜੋ ਹੋਇਆ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਦੁਖਦਾਈ ਖਬਰ ਆ ਵੀਡੀਓ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾਪੁੱਲਿਓ ਬਠਿੰਡਾ ਵਿੱਚ ਬੁੱਧਵਾਰ ਨੂੰ ਇੱਕ ਨੌਜਵਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁੱਲਸ ਗਿਆ ਪਤਾ ਲੱਗਿਆ ਕਿ ਉਹ ਇੱਕ ਮਾਲ ਗੱਡੀ ਤੇ ਸਵਾਰ ਹੋ ਕੇ ਆਪਣੀ ਵੀਡੀਓ ਸ਼ੂਟਿੰਗ ਕਰ ਰਿਹਾ ਸੀ ਗਨੀਮਤ ਰਹੀ ਕਿ ਉਸ ਦੀ ਜਾਨ ਬਚ ਗਈ ਤੇ ਉਹ ਇਸ ਸਮੇਂ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਉਨਜੇ ਕੋਈ ਦੁਰਘਟਨਾ ਨਹੀਂ ਬਲਕਿ ਸਿੱਧੇ ਤੌਰ ਤੇ ਖੁਦਕੁਸ਼ੀ ਦੀ ਕੋਸ਼ਿਸ਼ ਹੈ ਕਿਉਂਕਿ ਰੇਲ ਦੀ ਛੱਤ ਤੇ ਚੜਨ ਤੇ ਕਰੰਟ ਨਾਲ ਹੋਈਆਂ ਮੌਤ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹ ਘਟਨਾ ਸੰਤਪੁਰਾ ਰੋਡ ਦੇ ਸਥਿਤ ਰੇਲਵੇ ਓਵਰ ਬ੍ਰਿਜ ਦੇ ਨੇੜੇ ਵਾਪਰੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਇੱਥੇ ਇੱਕ ਮਾਲ ਗੱਡੀ ਰੁਕੀ ਹੋਈ ਸੀ ਇੱਕ ਨੌਜਵਾਨ ਇਸ ਗੱਡੀ ਤੇ ਚੜ ਰਿਹਾ ਸੀ ਇੱਕ ਵੀਡੀਓ ਬਣਾ ਰਿਹਾ ਸੀ ਅਚਾਨਕ ਨੌਜਵਾਨ ਦਾ ਹੱਥ ਉੱਪਰੋਂ ਲੰਗਦੀਆਂ ਤੇਜ਼ ਵੋਲਟੇਜ ਦੀਆਂ ਤਾਰਾਂ ਦੇ ਨਾਲ ਲੱਗ ਗਿਆ ਜਿਸ ਕਾਰਨ ਕਰੰਟ ਦਾ ਇਹਨਾਂ ਜ਼ਬਰਦਸਤ ਝਟਕਾ ਲੱਗਾ ਕਿ ਨੌਜਵਾਨ ਦੇ ਸਾਰੇ ਕੱਪੜੇ ਸੜ ਗਏ ਸਰੀਰ ਬੁਰੀ ਤਰ੍ਹਾਂ ਸੜ ਗਿਆ ਝੁਲਸ ਗਿਆ ਨੌਜਵਾਨ ਗੜੀਲ ਗੱਡੀ ਤੋਂ ਹੇਠਾ ਡਿੱਗ ਪਿਆ ਤੇ ਦਰਦ ਦੇ ਨਾਲ ਤੜਫਣ ਲੱਗਾ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਜਨੈਸ਼ ਜੈਨ ਰਜਿੰਦਰ ਧਾਲੀਵਾਲ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੁਰੰਤ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਬਣੀ ਹੋਈ ਹੈ ਨੌਜਵਾਨ ਦੀ ਪਛਾਣ ਗੁਰਨੂਰ ਪੁੱਤਰ ਮਲਕੀਤ ਨਿਵਾਸੀ ਗੋਪਾਲਨਗਰ ਜ਼ਿਲ੍ਹਾ ਬਠਿੰਡਾ ਦੇ ਵਜੋਂ ਹੋਈ ਹੈ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਦੇ ਬਰਤੀ ਕਮੈਂਟ ਸੈਕਸ਼ਨ 'ਚੋਂ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖੋ ਧੰਨਵਾਦ